ਸਭ ਤੋਂ ਪਹਿਲਾਂ ਮੈਂ ਨਿਮਰਤਾ ਸਹਿਤ ਫਤਿਹਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਤ ਦੇਣਾ ਸਰਉਤਿਆਂ ਦੀ ਕਿ ਜਿਹੜੇ ਬੜੀ ਕਾਗਰਤਾ ਨਾਲ ਬੜੇ ਟਿਕਾਣ ਨਾਲ ਸਵੇਰ ਤੋਂ ਹੁਣ ਤੱਕ ਸਜੇ ਹੋਏ ਨੇ ਸਰਵਣ ਕਰ ਰਹੇ ਨੇ ਬਾਬਾ ਜੀ ਹੁਣਾਂ ਦਾ ਮੇਰੇ ਉਸਤਾਦ ਡਾਕਟਰ ਹਰਪਾਲ ਸਿੰਘ ਜੀ ਪੰਨੂ ਹੁਣਾਂ ਦਾ ਧੰਨਵਾਦ ਜਿਨ੍ਹਾਂ ਨੇ ਮੌਕਾ ਦਿੱਤਾ ਬਾਕੀ ਜਿੰਨੇ ਬੁਲਾਰੇ ਇੱਥੇ ਹਨ ਸ਼ਾਇਦ ਭਾਈ ਸਾਹਿਬ ਨੂੰ ਛੱਡ ਕੇ ਬਾਕੀ ਸਾਰੇ ਮੇਰੇ ਉਸਤਾਦ ਨੇ ਟੀਚਰ ਨੇ ਤੇ ਮੈਂ ਵਿਦਿਆਰਥੀ ਹਾਂ ਉਹਨਾਂ ਦਾ ਜਿਹੜਾ ਮੈਂ ਪੇਪਰ ਸਬਮਿਟ ਕੀਤਾ ਸੀ ਪੰਨੂ ਸਰ ਕੋਲ ਉਹ ਲਗਭਗ ਇਹਨਾਂ ਦੀਆਂ ਕਿਤਾਬਾਂ ਚੋਂ ਚੋਰੀ ਕਰਕੇ ਨਾ ਸਮਾਨ-ਸਮੂਨ ਜਿਹਾ ਮੈਂ ਇਕੱਠਾ ਕਰਕੇ ਇਹਨਾਂ ਸਾਰਿਆਂ ਦੀ ਉਹ ਬਣਾ ਲਿਆ ਸੀ ਤਾਂ ਉਹ ਨਹੀਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਹੁਣ ਕੁਝ ਉਹ ਗੱਲਾਂ ਪੇਸ਼ ਕਰਾਂਗਾ ਜਿਹੜੀਆਂ ਮੇਰੀਆਂ ਆਪਣੀਆਂ ਧਾਰਨਾਵਾਂ ਨੇ ਮੇਰੇ ਮਨ ਦੀਆਂ ਜੇ ਕਿਤੇ ਕੋਈ ਖਾਮੀ ਹੋਵੇ ਤਾਂ ਮੇ ਮੇਰੀ ਦਰਸਤੀ ਹੋਏਗੀ ਸ਼ਹਾਦਤ ਦਾ ਧਰਮ ਨਾਲ ਸੰਬੰਧ ਕੀ ਹੈ ਧਰਮ ਦਾ ਮੇਰਾ ਮਤਲਬ ਕੱਲਾ ਸਿੱਖ ਧਰਮ ਨਾਲ ਜਾਂ ਕੱਲੇ ਕਿਸੇ ਇੱਕ ਧਰਮ ਨਾਲ ਜੋੜ ਕੇ ਨਹੀਂ ਜਦੋਂ ਅਸੀਂ ਸਮੁੱਚੇ ਤੌਰ ਤੇ ਸ਼ਹਾਦਤ ਨੂੰ ਤੇ ਧਰਮ ਨੂੰ ਆਪਸ ਚ ਇਹਨਾਂ ਦਾ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪਹਿਲੀ ਗੱਲ ਇਹ ਹੈ ਕਿ ਧਰਮ ਦਾ ਜਿਹੜਾ ਆਗੂ ਹੈ ਬਿਸ਼ੱਕ ਉਹ ਵੈਦਾਂ ਦੇ ઋષਿ ਹੋਣ ਜਿਨ੍ਹਾਂ ਨੇ ਵੇਦ ਮੰਤਰਾਂ ਨੂੰ ਤੱਕਿਆ ਵੇਖਿਆ ਜਾਂ ਉਸ ਤੋਂ ਬਾਅਦ ਹੋਰ ਵੀ ਜਿਨ੍ਹਾਂ ਆਗੂ ਆਏ ਧਰਮ ਦੇ ਧਰਮ ਇੱਕ ਉਹ ਸਨੇਹ ਹੈ ਇੱਕ ਉਹ ਜੀਵਨ ਜਾਚ ਹੈ ਜਿਹੜੀ ਸਾਡੇ ਕੋਲ ਨਹੀਂ ਤੇ ਉਹ ਕਿਸੇ ਖਾਸ ਅਨੁਭਵ ਚੋਂ ਪ੍ਰਾਪਤ ਕੀਤੀ ਗਈ ਹੈ ਉਹ ਸਨੇਹਾ ਉਹ ਜੀਵਨ ਜਾਚ ਜਿਹੜਾ ਖਾਸ ਅਨੁਭਵ ਚੋਂ ਪ੍ਰਾਪਤ ਹੋਇਆ ਹੈ ਉਹਨਾਂ ਖਾਸ ਮਨੁੱਖਾਂ ਕੋਲ ਹੈ ਜਿਨ੍ਹਾਂ ਨੂੰ ਤੁਸੀਂ ॠषि ਕਹਿ ਲਓ ਪੈਗੰਬਰ ਕਹਿ ਲਓ ਅਵਤਾਰ ਕਹਿ ਲਓ ਗੁਰੂ ਸਹਿਬਾਨ ਕਹਿ ਲਓ ਉਹ ਸਨੇਹੇ ਨੂੰ ਉਹਨਾਂ ਨੇ ਸਾਡੇ ਤੱਕ ਪਹੁੰਚਾਣਾ ਹੈ ਇਹ ਇਹ ਧਰਮ ਦਾ ਸਾਰਾ ਜਿਹੜਾ ਕਾਰਜ ਜਾਂ ਜਿਹੜਾ ਵਿਧੀ ਵਿਧਾਨ ਹੈ ਜਿਹੜਾ ਪ੍ਰੋਪਗੈਂਡਾ ਧਰਮ ਦਾ ਕਹਿ ਲਓ ਤਾਂ ਇੱਥੇ ਇੱਥੇ ਸ਼ਹਾਦਤ ਦਾ ਕੀ ਸੰਬੰਧ ਹੈ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਕੋਈ ਮਹਾਪੁਰਸ਼ ਅਨਪਵ ਕਰਦਾ ਹੈ ਕੁਝ ਉਹਨੂੰ ਗਿਆਨ ਦੇ ਤਲ ਤੇ ਉਹਨੂੰ ਸੰਕਲਪ ਦੇ ਪੱਧਰ ਤੇ ਮਨੁੱਖਾਂ ਤੱਕ ਪਹੁੰਚਾਉਂਦਾ ਹੈ ਆਪਣੇ ਪ੍ਰਾਪਤ ਕੀਤੇ ਗਿਆਨ ਨੂੰ ਆਪਣੇ ਪ੍ਰਾਪਤ ਕੀਤੇ ਅਨੁਭਵ ਨੂੰ ਤਾਂ ਉਹਦੇ ਚੋਂ ਧਰਮ ਗ੍ਰੰਥ ਪੈਦਾ ਹੁੰਦਾ ਹੈ ਜਿਹਨੂੰ ਆਪਾਂ ਸ਼ਬਦ ਵੀ ਕਹਿੰਨੇ ਆ ਜਦੋਂ ਮਨੁੱਖ ਸਿੰਘ ਸਾਹਿਬ ਜੀ ਨੂੰ ਜੀ ਆਇਆਂ ਕਿਰਪਾ ਕਰਕੇ ਸਟੇਜ ਤੇ ਸਜਣ ਦੀ ਕਿਰਪਾਲਤਾ ਕਰੋ ਜਦੋਂ ਧਰਮ ਨੇ ਮਨੁੱਖ ਦੀ ਜ਼ਿੰਦਗੀ 'ਚ ਅਮਲੀ ਰੂਪ ਵਿੱਚ ਤਬਦੀਲੀ ਲਿਆਉਣੀ ਹੈ ਉੱਥੇ ਜਾ ਕੇ ਮੈਨੂੰ ਇਹ ਲੱਗਦਾ ਹੈ ਕਿ ਸ਼ਹਾਦਤ ਦਾ ਇੱਕ ਵੱਖਰਾ ਇੱਕ ਪੱਖ ਜੁੜਦਾ ਹੈ ਜੇ ਮਿਸਾਲ ਦੇਣੀ ਹੋਵੇ ਉਦਾਹਰਣ ਦੇਣੀ ਹੋਵੇ ਤਾਂ ਭਾਰਤ ਦੇ ਵਿੱਚ ਅਵਤਾਰਿਜ਼ਮ ਦੀ ਪਰੰਪਰਾ ਰਹੀ ਅਵਤਾਰਵਾਦ ਦੀ ਪਰੰਪਰਾ ਰਹੀ ਹੈ ਅਵਤਾਰਵਾਦ ਨੂੰ ਮੈਂ ਨਹੀਂ ਮੰਨਦਾ अवतारिज्म ਦਾ ਮੈਂ ਕਾਇਲ ਨਹੀਂ ਹਾਂ ਪਰ ਉਹਨਾਂ ਅਵਤਾਰਾਂ ਨੇ ਮਨੁੱਖ ਦੇ ਸਾਹਮਣੇ ਜਿਹੜਾ ਮਾਡਲ ਪੇਸ਼ ਕੀਤਾ ਕਿਤੇ ਕਿਤੇ ਉਹਦੇ ਝਲਕਾਰੇ ਬਹੁਤ ਖੂਬਸੂਰਤ ਨੇ ਤੇ ਭਾਈ ਗੁਰਦਾਸ ਜੀ ਨੇ ਜਿਵੇਂ ਕ੍ਰਿਸ਼ਨ ਤੇ ਸੁਦਾਮੇ ਦੀਆਂ ਸਾਖੀਆਂ ਜਾਂ ਹੋਰ ਇਹੋ ਜਿਹੀਆਂ ਬਿਆਨਤ ਗੱਲਾਂ ਨੇ ਉਹਨਾਂ ਨੂੰ ਆਪਣੀਆਂ ਵਾਰਾਂ 'ਚ ਸ਼ਾਮਲ ਕੀਤਾ ਪਰ ਅਵਤਾਰिज्म ਦੀ ਇੱਕ ਲਿਮਿਟੇਸ਼ਨ ਹੈ ਅਵਤਾਰਵਾਦ ਦੀ ਇੱਕ ਸੀਮਾ ਹੈ ਕਿ ਅਵਤਾਰ ਆਉਂਦਾ ਉਹ ਆਪ ਸਰਵਸਮਰੱਥ ਹੈ ਉਹ ਆਪ ਰੱਬ ਹੈ ਬੰਦਿਆਂ ਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਬੰਦੇ ਦੁਖੀ ਨੇ ਤੇ ਉਹ ਬੰਦਿਆਂ ਦਾ ਦੁੱਖ ਦੂਰ ਕਰਕੇ ਚਲਿਆ ਜਾਂਦਾ ਫਿਰ ਜਦੋਂ ਦੁੱਖ ਹੋਏਗਾ ਫਿਰ ਅਵਤਾਰ ਆਏਗਾ ਫਿਰ ਉਹ ਆ ਕੇ ਸਾਰੇ ਦੁੱਖ ਦੂਰ ਕਰੇਗਾ ਬੰਦਿਆਂ ਕੋਲ ਨਾ ਹੀ ਹੱਕ ਹੈ ਨਾ ਹੀ ਅਖਤਿਆਰ ਹੈ ਨਾ ਹੀ ਸੱਤਾ ਹੈ ਕਿ ਉਹ ਦੁੱਖ ਦੇ ਖਿਲਾਫ ਪਾਪ ਦੇ ਖਿਲਾਫ ਉਹ ਆਪਣੇ ਹੱਥੀ ਕੁਝ ਕਰ ਸਕਣ ਉਹਨਾਂ ਨੇ ਅਵਤਾਰ ਨੂੰ ਉਡੀਕਣਾ ਤਾਂ ਮਤਲਬ ਅਵਤਾਰ ਦਾ ਸੰਕਲਪ ਇਹ ਹੈ ਕਿ ਉਹ ਆਏਗਾ ਸਰਵ ਸਮਰਥ ਹੈ ਸੁਖ ਲੈ ਕੇ ਆਏਗਾ ਤੇ ਦੂਜੇ ਪਾਸੇ ਸਾਡੇ ਕੋਲ ਭਗਤ ਬਾਣੀ ਚ ਇੱਕ ਹਵਾਲਾ ਹੈ ਕਿ ਇੱਕ ਭਗਤ ਸਹਿਬਾਨ ਦੀ ਮਾਤਾ ਉਹਨਾਂ ਨੂੰ ਕਹਿੰਦੀ ਹੈ ਕਿ ਜਬ ਤੇ ਮਾਲਾ ਲਈ ਨ ਪੁੱਤੇ ਤਬ ਤੇ ਸੁਖ ਨਾ ਪਿਓ ਔਤਾਰ ਵਾਦ ਔਤਾਰ ਜਿਹੜਾ ਹੁੰਦਾ ਹੈ ਉਹ ਇਤਿਹਾਸ ਪੈਦਾ ਕਰਦਾ ਹੈ ਉਹ ਇਤਿਹਾਸ ਚ ਸ਼ਾਮਲ ਹੀ ਨਹੀਂ ਹੁੰਦਾ ਉਹ ਇਤਿਹਾਸ ਚ ਦਖਲ ਹੀ ਨਹੀਂ ਦੇ ਪਾਂਦਾ ਉਹ ਆਉਂਦਾ ਚਲਿਆ ਜਾਂਦਾ ਆਉਂਦਾ ਚਲਿਆ ਜਾਂਦਾ ਇਤਿਹਾਸ دخل ਦਾ ਮੇਰਾ ਮਤਲਬ ਇਹ ਹੈ ਕਿ ਅਸੀਂ ਤੁਸੀਂ ਜਿਹੜੇ ਸਧਾਰਨ ਮਨੁੱਖਾਂ ਸਾਡੇ ਜੀਵਨ ਦੇ ਵਿੱਚ ਕੋਈ ਇਹੋ ਜੀ ਤਬਦੀਲੀ ਨਹੀਂ ਲਿਆ ਪਾਉਂਦਾ ਕਿ ਅਸੀਂ ਉਸ ਤਬਦੀਲੀ ਦੇ ਬਿਹਾਫ ਤੇ ਸਦਾ ਵਾਸਤੇ ਦੁੱਖ ਦੇ ਸਾਹਮਣੇ ਖੜੇ ਹੋ ਸਕੀਏ ਸਦਾ ਵਾਸਤੇ ਦੁੱਖ ਦੇ ਨਾਲ ਕੋਈ ਜੰਗ ਸਿਰ ਸਕੀਏ ਇਹਦੇ ਮੁਕਾਬਲੇ ਤੇ ਭਗਤ ਸਹਿਬਾਨ ਦੀ ਮੈਂ ਕੋ ਉਦਾਹਰਨ ਦਿੱਤੀ ਕਿ ਭਗਤ ਦੇ ਜੀਵਨ ਜਦੋਂ ਤੋਂ ਮਾਲਾ ਲਈ ਉਦੋਂ ਤੋਂ ਦੁੱਖ ਜਿਹੜਾ ਉਹ ਦੋਖ ਉਸ ਟਕਰਾਅ ਚ ਹੋਏ ਜਿਹੜਾ ਹਕੀਕੀ ਜ਼ਿੰਦਗੀ ਦਾ ਟਕਰਾਅ ਜਿਹੜਾ ਇਤਿਹਾਸ ਦਾ ਟਕਰਾ ਹੈ ਇੱਥੇ ਆ ਕੇ ਜਦੋਂ ਆਪਾਂ ਸਾਮੀ ਧਰਮਾਂ ਵੱਲ ਵੇਨਿਆਂ ਤਾਂ ਇੱਕ ਸਾਖੀ ਹੈ 올ਡ ਟੈਸਟਾਮੈਂਟ ਬਾਈਬਲ ਦੇ ਵਿੱਚ ਕੂਚ ਦੀ ਪੋਥੀ ਤਾਂ ਕੂਚ ਦੀ ਪੋਥੀ ਚੋਂ ਦੱਸਦੇ ਨੇ ਕਿ ਜਦੋਂ ਮਿਸਰ ਤੋਂ ਕੂਚ ਕਰਕੇ ਹਜਰਤ موسی ਤੇ ਉਹਨਾਂ ਦੇ ਸਾਥੀ ਉਹ ਇਜ਼ਰਾਈਲ ਵੱਲ ਜਾ ਰਹੇ ਨੇ ਤੇ ਰਸਤੇ 'ਚ ਸਿਨਾਈ ਦੇ ਪਹਾੜ ਤੇ ਹਜਰਤ موسی ਪਹਾੜ ਦੇ ਉੱਤੇ ਜਾਂਦੇ ਨੇ ਜਿੱਥੇ ਉਹਨਾਂ ਨੂੰ ਦਸ ਸਿੱਖਿਆਵਾਂ 10 ਕਮਾਂਡਮੈਂਟਸ ਮਿਲਦੀਆਂ ਨੇ ਉੱਥੇ ਰਹਿਣ ਦੇ ਦੌਰਾਨ ਕਾਫੀ ਦਿਨ ਲੱਗ ਗਏ ਥੱਲੇ ਜਿਹੜੀ ਆਵਾਮ ਸੰਗਤ ਸੀਗੀ ਸਾਡੇ ਵਰਗੀ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਪੈਗੰਬਰ ਤਾਂ ਚਲਾਣਾ ਹੀ ਕਰ ਗਏ ਨੇ ਰੱਬ ਕੋਲ ਹੀ ਚਲੇ ਗਏ ਨੇ ਪੱਕੇ ਹੀ ਤੇ ਆਪਾਂ ਹੁਣ ਕੀ ਕਰੀਏ ਤਾਂ ਬੁੱਤ ਪੂਜਾ ਯਹੂਦੀ ਧਰਮ ਚ ਸਖਤ ਮਨਾ ਹੈ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਹਜ਼ਰਤ موسی ਦਾ ਇੱਕ ਬੁੱਤ ਬਣਾ ਲਿਆ ਇੱਕ ਰੱਬ ਦਾ ਬੁੱਤ ਬਣਾ ਲਿਆ ਤਾਂ ਜਦੋਂ ਹਜ਼ਰਤ موسی ਥੱਲੇ ਆਏ ਤਾਂ ਉਹਨਾਂ ਨੇ ਆਣ ਕੇ ਵੇਖਿਆ ਉਹ ਕਹਿੰਦੇ ਇਸ ਕਮੋਦ ਤੁਹਾਨੂੰ ਰੋਕਿਆ ਸੀ ਤੁਸੀਂ ਫੇਰ ਉਸੇ ਰਾਹ ਪੈ ਗਏ ਜਿੰਨਾ ਚਿਰ ਨਬੀ ਹੈਗਾ ਉਹਨਾਂ ਚਿਰ ਠੀਕ ਹੋ ਜਦੋਂ ਨਬੀ ਪਾਸੇ ਹੋ ਗਿਆ ਉਹੀ ਅਵਤਾਰイズਮ ਵਾਲਾ ਕੰਮ ਤਾਂ ਉਹਨਾਂ ਨੇ ਉੱਥੇ ਇੱਕ ਕੁਰਬਾਨੀ ਦਿੱਤੀ ਕਿਸੇ ਗਊ ਜਾਇ ਦੀ ਤੇ ਉਹਦੇ ਖੂਨ ਦੇ ਛਿੱਟੇ ਸਾਰੇ ਆਪਣੀ ਖਲਕਤ ਤੇ ਪਾਏ ਉਹਨਾਂ ਨੂੰ ਕਹਿੰਦੇ ਵੀ ਇਹ ਖੂਨ ਜਿਹੜਾ ਇਸ ਗੱਲ ਦੀ ਨਿਸ਼ਾਨੀ ਹੈ ਇਸ ਗੱਲ ਦਾ ਸਿੰਬਲ ਹੈ ਕਿ ਤੁਸੀਂ ਮੇਰੀਆਂ ਸਿੱਖਿਆਵਾਂ ਤੋਂ ਵਾਪਸ ਨਹੀਂ ਜਾਓਗੇ ਪਿਛਲਾ ਗੁਨਾਹ ਤੁਹਾਡਾ ਮਾਫ ਹੋ ਗਿਆ ਉਦੋਂ ਅਗਲੀ ਇੱਕ ਮੈਂ ਉਦਾਹਰਨ ਤੁਹਾਨੂੰ ਦੱਸਣੀ ਚਾਹਾਂਗਾ ਜਦੋਂ ਹਜ਼ਰਤੀਸਾ ਨੂੰ ਸੂਲੀ ਚੜਾਇਆ ਜਾਂਦਾ ਹੈ ਉਹਦੇ ਤੋਂ ਪਹਿਲਾਂ ਉਹ ਅੰਤਮ ਭੋਜ ਕਰਦੇ ਨੇ ਆਖਰੀ ਭੋਜ ਲਾਸ ਸਪਰ ਉੱਥੇ ਹਜ਼ਰਤੀਸਾ ਆਪਣੇ ਚੇਲਿਆਂ ਨੂੰ ਕਹਿੰਦੇ ਨੇ ਕਿ ਇਹ ਜਿਹੜੀ ਰੋਟੀ ਤੁਸੀਂ ਖਾ ਰਹੇ ਹੋ ਇਹ ਮੇਰਾ ਸਰੀਰ ਹੈ ਇਹ ਜਿਹੜੀ ਅੰਗੂਰਾਂ ਦਾ ਕੋਈ ਪਦਾਰਥ ਤੁਸੀਂ ਪੀ ਰਹੇ ਹੋ ਇਹ ਮੇਰਾ ਖੂਨ ਹੈ ਤੇ ਇਹ ਮੇਰਾ ਸਰੀਰ ਤੇ ਮੇਰਾ ਖੂਨ ਤੁਹਾਡੇ ਵਿੱਚ ਤੁਹਾਡੇ ਤੱਕ ਮੈਂ ਪਹਚਾ ਰਿਹਾ ਉਦੋਂ ਬਾਅਦ ਉਹਨਾਂ ਦੀ ਸ਼ਹਾਦਤ ਹੁੰਦੀ ਤਾਂ ਸ਼ਹਾਦਤ ਉੱਥੇ ਜਿਹੜਾ ਉਹ ਸਿੰਬਲ ਵਰਤਿਆ ਉਹਨਾਂ ਨੇ ਕਿ ਇਹ ਮੇਰਾ ਖੂਨ ਹੈ ਜਿਹੜਾ ਤੁਸੀਂ ਪੀ ਰਹੇ ਹੋ ਜੋ ਤੁਸੀਂ ਖਾ ਰਹੇ ਹੋ ਇਹ ਮੇਰਾ ਸਰੀਰ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਜੋ ਅਨੁਭਵ ਉਹਨਾਂ ਨੇ ਪ੍ਰਾਪਤ ਕੀਤਾ ਸੀ ਜੋ ਸਨੇਹਾ ਪ੍ਰਾਪਤ ਕੀਤਾ ਸੀ ਜੋ ਮਿਸ਼ਨ ਉਹਨਾਂ ਨੇ ਉਲੀਕਿਆ ਸੀ ਉਹ ਆਪਣਾ ਮਿਸ਼ਨ ਉਹਨਾਂ ਨੇ ਆਪਣੇ ਉਹਨਾਂ 12 ਚੇਲਿਆਂ ਤੱਕ ਪਹੁੰਚਾਇਆ ਕਿ ਇਸ ਮਿਸ਼ਨ ਨੂੰ ਮੇਰੇ ਜਾਣ ਤੋਂ ਬਾਅਦ ਖਤਮ ਨਹੀਂ ਹੋਣ ਦੇਣਾ ਹੈ ਇਸ ਮਿਸ਼ਨ ਨੂੰ ਅੱਗੇ ਲੈ ਕੇ ਚੱਲਣਾ ਹੈ ਅੱਛਾ ਤੀਜੀ ਮਿਸਾਲ ਹੈ ਦਸਮ ਪਾਤਸ਼ਾਹ ਦੀ ਖਾਲਸਾ ਪੰਥ ਦੀ ਸਾਜਨਾ ਹੋਈ ਤਾਂ ਉੱਥੇ ਸਿਰ ਕਿਦੇ ਕੱਟੇ ਕਿਦੇ ਨਹੀਂ ਕੱਟੇ ਇਸ ਸਵਾਲ ਤੇ ਨਾ ਜਾਓ ਉੱਥੇ ਬੜਾ ਸਾਫ਼ ਚਿੰਨ ਹੈ ਕਿ ਖੂਨ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਦਸਮ ਪਾਤਸ਼ਾਹ ਹਰ ਵਾਰੀ ਤੰਬੂ ਤੋਂ ਬਾਹਰ ਆਉਂਦੇ ਨੇ ਉੱਥੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਉਹ ਸਿੱਖਿਆ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਾਂ ਤਲੀ ਗਲੀ ਮੁਰੀਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ ਉਸ ਉਸ ਇਸ਼ਾਰੇ ਦੇ ਰਾਹੀਂ ਉਸ ਦ੍ਰਿਸ਼ ਦੇ ਰਾਹੀਂ ਉਹ ਪੈਗੰਬਰੀ ਨੂੰ ਉਹ ਗੁਰੂਅਤ ਨੂੰ ਉਹ దైਵਤਵ ਨੂੰ ਸਾਡੇ ਵਿੱਚ ਪਰੋਂਦੇ ਨੇ ਸਾਡੇ ਵਿੱਚੋਂ ਦੀ ਲਗਾਉਂਦੇ ਨੇ ਸਾਨੂੰ ਉਹਦਾ ਹਿੱਸਾ ਬਣਾਉਂਦੇ ਨੇ ਤੇ ਉਹ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋਕਰੋ ਨਿਵਾਸ ਜਦੋਂ ਨਾਦੇੜ ਸਾਹਿਬ ਅੰਤਮ ਸਮੇਂ ਦਸਮ ਪਾਸ਼ਾ ਜੁਤੀ ਜੋਤ ਸਮਾਉਂਦੇ ਨੇ ਉੱਥੇ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਵੀ ਤੁਹਾਡੇ ਤੋਂ ਬਾਅਦ ਸਾਡੀ ਅਗਵਾਈ ਕਹਿੰਦੇ ਜੀ ਤਹਾਡੀ ਸਿਧਾਂਤਕ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਨਗੇ ਸਰੀਰਕ ਅਗਵਾਈ ਖਾਲਸਾ ਪੰਥ ਕਰੇਗਾ ਮੈਂ ਖਾਲਸਾ ਪੰਥ ਦਾ ਵਿੱਚ ਸਮਾਇਆ ਹੋਇਆ ਤਾਂ ਇਹ ਜਿਹੜੀ ਵਿੱਚ ਸਮਾਨ ਦੀ ਜਿਹੜੀ ਕਿਰਿਆ ਹੈ ਕਿ ਪੈਗੰਬਰ અવਤਾਰ ਕਦੀ ਆਪਣੇ ਸ਼ਰਧਾਲੂ ਦੇ ਵਿੱਚ ਨਹੀਂ ਸਮਾਂਦਾ ਹੈ ਪੈਗੰਬਰ ਨੇ ਤੇ ਗੁਰੂ ਨੇ ਸਾਨੂੰ ਇਹ ਦੱਸਿਆ ਕਿ ਪੈਗੰਬਰ ਆਪ ਆਪਣੀ ਉਮਤ ਦੇ ਵਿੱਚ ਗੁਰੂ ਆਪ ਆਪਣੇ ਸਿੱਖਾਂ ਦੇ ਵਿੱਚ ਸਮਾ ਸਕਦਾ ਹੈ ਤੇ ਇਹ ਸਮਾਨ ਦਾ ਜਿਹੜੀ ਟਰਾਂਸਫਾਰਮੇਸ਼ਨ ਦਾ ਜਿਹੜਾ ਆ ਮੌਕਾ ਬਣਦਾ ਹੈ ਜਿਹੜਾ ਸਿੰਬਲ ਵਰਤਿਆ ਜਾਂਦਾ ਹੈ ਉਹ ਸ਼ਹਾਦਤ ਦਾ ਸਿੰਬਲ ਬਣਦਾ ਹੈ ਹੁਣੇ ਹੀ ਗੱਲ ਚੱਲ ਰਹੀ ਸੀਗੀ ਡਾਕਟਰ ਸਾਹਿਬ ਗੱਲ ਕਰ ਰਹੇ ਸੀ ਵੀ ਅਸੀਂ ਆਪਣੀਆਂ ਪਰੰਪਰਾਵਾਂ ਨੂੰ ਛੱਡ ਕੇ ਨਵੇਂ-ਨਵੇਂ ਇਤਿਹਾਸਕਾਰਾਂ ਦੇ ਜਿਆਦਾ ਮਗਰ ਲੱਗਣ ਲੱਗ ਜਾਨੇ ਆ ਪਿਛਲੇ ਦਿਨੀ ਸ੍ਰੀ ਗੁਰਬਖਸ਼ ਪਾਸ਼ੇਈ ਦਸਵੀਂ ਦਾ ਮੈਂ ਪਾਠ ਕਰਦਾ ਸੀ ਉਹਦੇ ਵਿੱਚ ਦੋ ਗੱਲਾਂ ਨੇ ਇੱਕ ਗੱਲ ਤਾਂ ਇਹ ਕਿ ਗੁਰਬਲਾਸ ਤੇ ਹੋਰ ਵੀ ਜਿੰਨੀਆਂ ਪ੍ਰਾਣੀਆਂ ਗ੍ਰੰਥ ਸਾਡੇ ਪਰੰਪਰਾ ਦੇ ਮਿਲਦੇ ਨੇ ਉਹ ਸਾਰੇ ਮੰਨਦੇ ਨੇ ਕਿ ਦਸ਼ਮ ਪਾਤਸ਼ਾਹ ਦਾ ਜਫਰਨਾਮਾ ਪੜ੍ਹ ਕੇ ਔਰੰਗਜ਼ੇਬ ਦੀ ਮੌਤ ਹੋਈ ਜਦ ਕਿ ਜਿਹੜੇ ਮਾਡਰਨ ਹਿਸਟੋਰੀਅਨ ਨੇ ਉਹ ਕਹਿਣਗੇ ਵੀ ਬੁੱਢਾ ਹੋਇਆ ਹੋਇਆ ਸੀ ਔਰੰਗਜ਼ੇਬ ਬਿਮਾਰ ਸੀਗਾ ਉਹ ਖਤ ਪੜ੍ਹਿਆ ਉਹਦਾ ਮਨ ਹੋਰ ਵਿਗੜ ਗਿਆ ਤੇ ਉਹ ਬਾਅਦ ਵਿੱਚ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਉੱਛਲਣਾ ਕਰ ਗਿਆ ਡਾਕਟਰ ਹਬੀਬ ਸਾਹਿਬ ਬੈਠੇ ਨੇ ਕੁਰਾਨ ਸ਼ਰੀਫ ਦੀ ਸੂਰਤ ਅਲ ਨਹਲ ਉਹਨੂੰ ਜਦੋਂ ਪੜ੍ਹੋਗੇ ਤਾਂ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਐ ਮੁਸਲਮਾਨ ਐ ਅੱਲਾ ਨੂੰ ਮੰਨਣ ਵਾਲਿਆ ਤੂੰ ਕਿਤੇ ਦੁਨੀਆਦਾਰੀ ਦੇ ਲੋਭ ਚ ਕਿਤੇ ਰਾਜ ਸੱਤਾ ਕਰਨ ਦੇ ਲੋਭ ਚ ਈਮਾਨ ਦੀ ਇਹੋ ਜਿਹੀ ਛੁੱਟੀ ਸੌ ਨਾ ਖਾਈ ਜਿਹੜੀ ਤੂੰ ਨਿਭਾਣੀ ਨਹੀਂ ਹੈ ਜੇ ਤੂੰ ਅਜਿਹਾ ਕਰੇਗਾ ਜੇ ਤੂੰ ਉਹਨਾਂ ਔਰਤਾਂ ਵਰਗਾ ਹੋ ਜਾਏਂਗਾ ਜਿਹੜਾ ਗਲ ਗਲ ਤੇ ਝੂਠ ਬੋਲਦੀਆਂ ਨੇ ਤਾਂ ਤੇਰੇ 'ਚ ਫਿਰ ਅਗਲੇ ਜਹਾਂਨ 'ਚ ਤੇਰੇ ਵਾਸਤੇ ਬੜੀ ਕਰੜੀ ਸਜ਼ਾ ਹੈ ਨਾ ਉੱਥੇ ਪਈ ਹੈ ਤਾਂ ਮੈਨੂੰ ਪੜ੍ਹ ਕੇ ਲੱਗਿਆ ਕਿ ਇਹ ਦਸਮ ਪਾਸ਼ਾ ਨੇ ਜਿਹੜਾ ਜਫਰਨਾਮਾ ਲਿਖਿਆ ਹੈ ਕੱਲਾ ਦਸਮ ਪਾਸ਼ਾ ਦਾ ਜਫਰਨਾਮਾ ਨਹੀਂ ਹੈ ਜਦੋਂ ਔਰੰਗਜ਼ੇਬ ਇਹ ਨੂੰ ਪੜ੍ਹ ਰਿਹਾ ਕਿਉਂਕਿ ਅਸੀਂ ਤਾਂ ਕੁਰਾਨ ਪੜ੍ਹੀ ਨਹੀਂ ਸਾਨੂੰ ਨਹੀਂ ਪਤਾ ਕੁਰਾਨ ਚ ਕੀ ਸੁਨੇਹਾ ਹੈ ਪਰ ਔਰੰਗਜ਼ੇਬ ਨੇ ਤਾਂ ਕੁਰਾਨ ਸ਼ਰੀਫ ਉਹ ਤਾਂ ਮੈਨੂੰ ਲੱਗਦਾ ਉਹ ਉਹਨੂੰ ਜਵਾਨੀ ਹੋਏਗੀ ਹੈਨਾ ਹਾਫਿਜ਼ ਹੋਏਗਾ ਉਹ ਤਾਂ ਜਦੋਂ ਮੁਹੰਮ ਔਰੰਗਜ਼ੇਬ ਪੜ੍ਹ ਰਿਹਾ ਤਾਂ ਉਹਦੇ ਸਰੀਰ ਨੂੰ ਤਾਂ ਉਹ ਵਿੰਨੇਗੀ ਉਹ ਜਫਰਨਾਮਾ ਪੜ੍ਹ ਕੇ ਮਰੇਗਾ ਇਹ ਗੱਲ ਤੇ ਐ ਜਿਵੇਂ ਮੈਂ ਪਗਤ ਬਾਣੀ ਚਾਹੁੰਦਾ ਨਾ ਕਬੀਰ ਸਤਗੁਰ ਸੱਚ ਸੂਰਮੇ ਬਾਹਿਆ ਬਾਣ ਜੋ ਏਕ ਲਗਤ ਹੀ ਭੁਏ ਗਿਰ ਪਰਿਆ ਪਰਿਆ ਕਲੇਜੇ ਛੇ ਅਗਲੀ ਗੱਲ ਜਿਹੜੀ ਮੈਂ ਸਾਂਝੀ ਕਰਨੀ ਚਾਹਨਾ ਕਿ ਸਾਰੀ ਪਰੰਪਰਾ ਦੇ ਗ੍ਰੰਥ ਇਹ ਵਾਰ-ਵਾਰ ਕਹਿੰਦੇ ਕਿ ਜੇ ਦਸਮ ਪਾਤਸ਼ਾਹ ਚਾਹਦੇ ਉਹ ਤਾਂ ਮੁਗਲਾਂ ਨੂੰ ਰਾਜ ਦੇਣ ਵਾਲੇ ਸਨ ਆਪ ਉਹ ਤਾਂ ਤਖਤੇ ਤਖਤਾਂ ਤੇ ਬਿਠਾਉਣ ਵਾਲੇ ਸਨ ਜਿਉਂ ਚਾਹਦੇ ਉਹ ਆਪਣੇ ਹੱਥੀਂ ਬੜੇ ਰਾਮ ਨਰ ਮੁਗਲਾਂ ਨੂੰ ਪਲਟਾ ਸਕਦੇ ਸਨ ਤੇ ਦਸ਼ਮ ਪਾਸ਼ਾ ਦਾ ਜਿਹੜਾ ਜੋਤੀ ਜੋਤ ਸਮਾਨ ਦਾ ਪ੍ਰਸੰਗ ਹੈ ਉਹਨੂੰ ਸਾਰੇ ਗ੍ਰੰਥਾਂ ਨੇ ਇਦਾਂ ਲਿਖਿਆ ਕਿ ਦਸ਼ਮ ਪਾਸ਼ਾ ਦਾ ਆਪਣਾ ਕੌਤਕ ਸੀ ਹਾਲਾਂਕਿ ਜਿੱਦਾਂ ਦੀ ਉਹਨਾਂ ਦੀ ਪੇਸ਼ਕਾਰੀ ਹੈ ਕਿ ਉਹਨਾਂ ਨੇ ਆਪ ਖੰਜਰ ਫੜਾਇਆ ਤੇ ਉਹਨਾਂ ਨੂੰ ਕਿਹਾ ਵੀ ਮੈਨੂੰ ਮਾਰੋ ਇਸ ਪ੍ਰਸੰਗ ਤੇ ਅਸੀਂ ਸਹਿਮਤ ਨਹੀਂ ਹੋ ਸਕਦੇ ਪਰ ਇੱਕ ਹੁਣੇ ਰੀਸੈਂਟਲੀ ਮੈਂ ਕਿਤਾਬ ਪੜ੍ਹਦਾ ਸੀ ਹਾਊ ਟੂ ਰੀਡ ਬਾਈਬਲ ਕਿਸੇ ਕ੍ਰਿਸਚੀਅਨ ਵਿਦਵਾਨ ਦੀ ਬਹੁਤ ਚੰਗੀ ਕਿਤਾਬ ਹੈ ਹਾਊ ਟੂ ਰੀਡ ਬਾਈਬਲ ਉਹਦੇ ਜੋ ਕਹਿੰਦਾ ਕਿ ਜਦੋਂ ਅਸੀਂ ਹਜ਼ਾਰਾਂ ਸੈਂਕੜੇ ਸਾਲ ਪਹਿਲਾਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਅੱਜ ਦੇ ਮਾਹੌਲ 'ਚ ਅੱਜ ਦੇ ਈਡੀਮ 'ਚ ਪੜ੍ਹਨਾ ਚਾਹੁੰਦੇ ਆ ਆਪਣੀਆਂ ਸ਼ਰਤਾਂ ਤੇ ਪੜ੍ਹਨਾ ਚਾਹੁੰਦੇ ਆ ਆਪਣੇ ਮਾਹੌਲ ਦੇ ਅਨਸਾਰ ਉਹਨੂੰ ਇੰਟਰਪ੍ਰੀਟ ਕਰਨਾ ਚਾਹੁੰਦੇ ਆ ਫਿਰ ਅਸੀਂ ਠੀਕ ਅਰਥਾਂ ਤੇ ਨਹੀਂ ਪਹੁੰਚਦੇ ਕਿਉਂਕਿ ਇਹ ਇਨ੍ਹਾਂ ਗ੍ਰੰਥਾਂ ਦੇ ਜਿਹੜੇ ਅਰਥ ਨੇ ਉਹ ਸਿੰਬੋਲਿਕ ਹੁੰਦੇ ਨੇ ਉਹਨਾਂ ਉਹਨਾਂ ਪਿੱਛੇ ਰਹੱਸ ਲੁਕਿਆ ਹੁੰਦਾ ਤਾਂ ਜਿਹੜੇ ਦਸ਼ਮ ਪਾਤਸ਼ਾਹ ਦੇ ਭੇਜੇ ਹੋਏ ਬੰਦਾ ਸਿੰਘ ਬਹਾਦਰ ਨੇ ਜਿਨ੍ਹਾਂ ਨੂੰ ਆਪਣੇ ਭੱਥੇ 'ਚ ਸਿਰਫ ਪੰਜ ਤੀਰ ਦਿੱਤੇ ਸੀ ਦਸਮ ਪਾਤਸ਼ਾ ਨੇ ਜਿਹੜੇ ਗੁਰੂ ਦੇ ਭੇਜਿਆ ਹੋਇਆ ਬੰਦਾ ਤਖਤੇ ਪਲਟ ਸਕਦਾ ਹੈ ਉਹ ਗੁਰੂ ਆਪ ਕਿਉਂ ਨਹੀਂ ਸੀ ਪਲਟ ਸਕਦਾ ਫਿਰ ਇਹ ਰਹਾਸ ਕੀ ਹੈ ਕਿਉਂ ਸਾਡੀ ਪਰੰਪਰਾ ਦੇ ਗ੍ਰੰਥ ਇਹ ਆਖ ਰਹੇ ਨੇ ਕਿ ਗੁਰੂ ਨੇ ਆਪ ਇਸ ਵਾਂਗ ਸਿਰਜਿਆ ਹਜਰਤ موسی ਦੀ ਮੈਂ ਤੁਹਾਨੂੰ ਉਦਾਹਰਣ ਦਿੱਤੀ ਸੀ ਉਹ ਮਿਸਰ ਤੋਂ ਆਪਣੀ ਸੰਗਤ ਨੂੰ ਲੈ ਕੇ ਤੁਰਦੇ ਨੇ ਕਿ ਤੁਹਾਨੂੰ ਮੈਂ ਤੁਹਾਡੇ ਪੁਰਖਿਆਂ ਦੇ ਨਬੀਆਂ ਦੇ ਦੇਸ਼ ਇਜ਼ਰਾਈਲ ਲੈ ਕੇ ਜਾਵਾਂਗਾ ਇਜ਼ਰਾਈਲ ਤੋੜ ਨਹੀਂ ਸੀ ਪਹੁੰਚੇ ਹਜਰਤ موسی ਉਹ ਰਸਤੇ 'ਚ ਚਲਾਣਾ ਕਰਗੇ ਸੀ ਉਹਨਾਂ ਦੀ ਉਮਤ ਇਜ਼ਰਾਈਲ ਪਹੁੰਚੀ ਸੀ ਇੱਕ ਡਾਕਟਰ ਹਰਪਾਲ ਸਿੰਘ ਉਹਨਾਂ ਦੀ ਕਿਤਾਬ ਹੈ ਆਪਣਾ ਜਾਨ ਆਫ ਆਰਕ ਤੋਂ ਮਲਾਲਾ ਤੱਕ ਜਾਨ ਤੋਂ ਮਲਾਲਾ ਤੱਕ ਉਹਦੇ 'ਚ ਗੋਲਡਾ ਮੀਰ ਇਜ਼ਰਾਈਲ ਦੀ ਪ੍ਰਧਾਨ ਮੰਤਰੀ ਹੈ ਯਹੂਦੀ ਉਹ ਕਹਿੰਦੀ ਕਿ ਲੋਕ ਸਾਡੇ ਬਾਰੇ ਕਹਿੰਦੇ ਨੇ ਕਿ ਅਸੀਂ ਰੱਬ ਦੇ ਯਹੋਵਾ ਦੇ ਚੁਣੇ ਹੋਏ ਲੋਕ ਆ ਪਰ ਕਹਿੰਦੀ ਮੈਂ ਇਹ ਕਹਿੰਨੀ ਆ ਕਿ ਅਸੀਂ ਰੱਬ ਨੂੰ ਚੁਣਿਆ ਤੇ ਅਸੀਂ ਹਜ਼ਾਰਾਂ ਸਾਲ ਦੀ ਖਾਨਾ ਬਦੋਸ਼ੀ ਤੋਂ ਬਾਅਦ ਵੀ ਹਜ਼ਾਰਾਂ ਸਾਲਾਂ ਦੇ ਦੁੱਖਾਂ ਤੋਂ ਕਲੇਸ਼ਾਂ ਤੋਂ ਬਾਅਦ ਵੀ ਅਸੀਂ ਰੱਬ ਦਾ ਲੜ ਨਹੀਂ ਛੱਡਿਆ ਤੇ ਅਸੀਂ ਵਾਪਸ ਆਪਣੇ ਇਜ਼ਰਾਈਲ ਦੇਸ਼ ਵਸੇ ਆਕੇ ਮੈਨੂੰ ਲੱਗਦਾ ਹੈ ਕਿ ਜਿਹੜਾ ਉਹ ਵਾਪਸ ਆਪਣੇ ਦੇਸ਼ ਵਸ ਗਿਆ ਆਕੇ ਉਹ ਜਿਹੜੀ ਹਜਰਤ ਮੌਜ਼ਜ਼ ਦੀ ਜਿਹੜੀ ਕਮਿਟਮੈਂਟ ਹੈ ਜਿਹੜੀ ਉਹਨੇ ਆਪਣੇ ਆਪ ਤੋਂ ਟਰਾਂਸਫਾਰਮ ਕੀਤੀ ਆਪ ਇਜ਼ਰਾਈਲ ਤੋੜ ਨਹੀਂ ਪਹੁੰਚੇ ਉਹਨਾਂ ਨੂੰ ਰਾਹ ਦੱਸਿਆ ਤੇ ਉਸ ਰਾਹ ਤੇ ਚੱਲ ਕੇ ਯਹੂਦੀ ਇਜ਼ਰਾਈਲ ਪਹੁੰਚੇ ਨੇ ਹਜਰਤੀਸਾ ਚਾਂਦੇ ਤਾਂ ਕਿਹੜਾ ਰਾਜਾ ਸੀ ਕਿਹੜਾ ਜੱਜ ਸੀ ਜਿੰਨੂੰ ਉਹ ਕਾਇਲ ਨਹੀਂ ਸੀ ਕਰ ਸਕਦੇ ਉਹਨਾਂ ਨੇ ਆਪ ਆਪਣੀ ਸ਼ਹਾਦਤ ਦਿੱਤੀ ਤੇ ਆਪਣਾ ਖੂਨ ਤੇ ਆਪਣਾ ਮਾਸ ਆਪਣੇ ਚੇਲਿਆਂ ਚ ਟਰਾਂਸਫਾਰਮ ਕੀਤਾ ਉਹ ਮਿਸ਼ਨ ਟਰਾਂਸਫਾਰਮ ਕੀਤਾ ਜਿਹੜਾ ਸਦਾ ਚੱਲਦਾ ਰਹੇਗਾ ਜਿਹੜਾ ਸਦਾ ਜਿਉਂਦਾ ਰਹੇਗਾ ਦਸਮ ਪਾਤਸ਼ਾਹ ਨੇ ਖੰਜਰ ਬੇਸ਼ੱਕ ਨਾ ਫੜਾਇਆ ਹੋਵੇ ਪਠਾਣਾਂ ਨੂੰ ਪਰ ਜੇ ਉਹ ਚਾਹਦੇ ਉਹ ਜੋ ਕੁਝ ਬੰਦਾ ਸਿੰਘ ਬਹਾਦਰ ਤੋਂ ਕਰਾਇਆ ਉਹਦੋਂ ਕਈ ਗੁਣਾ ਵੱਧ ਉਹ ਆਪ ਕਰ ਸਕਦੇ ਸੀ ਉਹ ਸਾਰੇ ਤਖਤੇ ਪਲਟ ਸਕਦੇ ਸੀ ਉਹਨਾਂ ਨੇ ਆਪਣੇ ਹੱਥੀ ਨਹੀਂ ਕੀਤਾ ਕੋਈ ਖੇਡ ਹੋਰ ਵਰਤਾਈ ਤੇ ਉਹ ਜਿਹੜਾ ਕਾਰਜ ਸੀਗਾ ਉਹ ਆਪਣੀ ਸ਼ਹਾਦਤ ਦੇ ਕੇ ਆਪਣੇ ਸਿੱਖਾਂ 'ਚ ਆਪਣੇ ਮਿਸ਼ਨ ਨੂੰ ਟਰਾਂਸਫਾਰਮ ਕੀਤਾ ਉਹਨਾਂ ਦੇ ਵਿੱਚ ਉਹ ਉਹ ਖੂਨ ਆਪਣਾ ਸਿੰਜਿਆ ਤਾਂ ਕਿ ਉਹ ਮਿਸ਼ਨ ਜਿਹੜਾ ਗੁਰੂ ਨਾਨਕ ਦੇਵ ਜੀ ਲੈ ਕੇ ਆਏ ਸਨ ਉਹ ਸਦਾ ਵਾਸਤੇ ਚੱਲਦਾ ਰਹੇ ਸੋ ਇੰਨੀਆਂ ਕੁ ਬੇਨਤੀਆਂ ਨੇ ਕਿ ਮੈਨੂੰ ਲੱਗਦਾ ਹੈ ਕਿ ਧਰਮ ਦੇ ਵਿੱਚ ਜਦੋਂ ਸ਼ਹਾਦਤ ਦਖਲ ਦਿੰਦੀ ਹੈ ਜਦੋਂ ਧਰਮ ਦੇ ਵਿੱਚ ਸ਼ਹਾਦਤ ਸ਼ਾਮਲ ਹੁੰਦੀ ਹੈ ਤੇ ਧਰਮ ਇਤਿਹਾਸ ਤੋਂ ਚੱਲ ਕੇ ਇਤਿਹਾਸ 'ਚ ਆ ਜਾਂਦਾ ਹੈ ਧਰਮ ਦੇ ਵਿੱਚ ਜਦੋਂ ਸ਼ਹਾਦਤ ਆਉਂਦੀ ਹੈ ਤੇ ਧਰਮ ਜਿਹੜਾ ਉਹ ਕੱਲੇ ਸੰਕਲਪਾਂ ਤੋਂ ਕੱਲੇ ਸਿਧਾਂਤਾਂ ਤੋਂ ਬਦਲ ਕੇ ਉਹ ਅਮਲ ਦਾ ਹਿੱਸਾ ਬਣਦਾ ਹੈ ਤੇ ਉਸ ਅਵਤਾਰਵਾਦ ਦੀ ਉਸ ਊੜੀਕ ਚ ਨਹੀਂ ਤੁਹਾਨੂੰ ਪਾਉਂਦਾ ਕਿ ਦੁਬਾਰਾ ਅਵਤਾਰ ਆਏਗਾ ਤੇ ਉਹ ਆ ਕੇ ਠੀਕ ਕਰੇਗਾ ਉਹ ਮਨੁੱਖਾਂ ਨੂੰ ਉਸ ਰਾਹ ਤੇ ਤੋਰਦਾ ਹੈ ਕਿ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਸੋ ਜੇ ਕੋਈ ਭੁੱਲਾਂ ਚੁੱਕਾ ਹੋ ਗਿਆ ਹੋਣ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ